ਦੇ ਮੁਕਾਮ ਤੋਂ ਜਿਹੜੀ ਕੋਵਿਡ ਵੈਕਸੀਨ ਜਿਹੜੀ ਨਵੀਂ ਤਿਆਰ ਕੀਤੀ ਗਈ ਹੈ ਸੀਰਮ ਇੰਸਟੀਟਿਊਟ ਵੱਲੋਂ ਪੂਨੇ ਤੋਂ ਔਰ ਸਾਰੇ ਹਿੰਦੁਸਤਾਨ ਲਈ ਇੱਕ ਬੜੀ ਆਸ ਦੀ ਕਿਰਨ ਹੈ ਔਰ ਜਿਹੜੇ ਜੱਦੋਜਹਿਦ ਜਿਹੜੀ ਇੱਕ ਸਾਲ ਤੋਂ ਚੱਲ ਰਹੀ ਸੀ ਤਾਂ ਅੱਜ ਉਹਦਾ ਕੋਈ ਨਾ ਕੋਈ ਹੱਲ ਜਿਹੜਾ ਹੈ ਉਹਦਾ ਆਗਾਜ਼ ਕੀਤਾ ਔਰ ਸਭ ਤੋਂ ਪਹਿਲਾਂ ਜਿਹੜਾ ਇਹ ਵੈਕਸੀਨ ਦਾ ਟੀਕਾ ਹੈ ਇਹ ਜਿਹੜੇ ਸਾਡੇ ਇੱਥੇ ਏਮਸ ਦੇ ਡਾਇਰੈਕਟਰ ਹੈ ਡਾਕਟਰ ਡੀ ਕੇ ਸਿੰਘ ਔਰ ਦੂਸਰਾ ਇੰਜੈਕਸ਼ਨ ਜਿਹੜਾ ਹੈ ਉਹ ਜਿਹੜੇ ਸਾਡੇ ਇੱਥੋਂ ਦੇ CMO ਹੈ ਉਹਨਾਂ ਨੇ ਲਵਾਇਆ ਔਰ ਇਹ ਇੱਕ ਕਿਸਮ ਦਾ ਰਸਮੀ ਤੌਰ 'ਤੇ ਇਸ ਕਰਕੇ ਲਵਾਇਆ ਗਿਆ ਕਿ ਲੋਕਾਂ ਦੇ ਮਨਾਂ 'ਚ ਬੜੇ ਖਦਸ਼ੇ ਹੈ ਕਿ ਇਸ ਵੈਕਸੀਨ ਦਾ ਕੋਈ ਰਿਐਕਸ਼ਨ ਤਾਂ ਨਹੀਂ ਕੋਈ ਇਹਦਾ ਕੋਈ ਐਸੇ ਅਸਰਾਤ ਤਾਂ ਨਹੀਂ ਜਿਹਦੇ ਨਾਲ ਬੰਦੇ ਦੀ ਸਿਹਤ ਖਰਾਬ ਹੁੰਦੀ ਹੈ ਸੋ ਪ੍ਰਸਾਈਸਲੀ ਇਸ ਕਾਰਨ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਇੰਜੈਕਸ਼ਨ ਹੈ ਉਹ ਡਾਇਰੈਕਟਰ ਜਿਹੜੇ ਇੱਥੋਂ ਦੇ ਲੋਕਲ ਡਾਕਟਰ ਡੀ ਕੇ ਸਿੰਘ ਹੈ ਉਹਨਾਂ ਨੇ ਲਵਾਇਆ ਔਰ ਅੱਜ ਬਠਿੰਡੇ ਦੇ 3 ਮੁਕਾਮ ਬਠਿੰਡਾ ਸ਼ਹਿਰ ਤੋਂ ਤਲਵੰਡੀ ਸਾਬੋ ਤੋਂ ਔਰ ਗੋਨਿਆਂ ਨੇ ਮੰਡੀ ਤੋਂ ਅੱਜ ਇਹ ਵੈਕਸੀਨ ਦਾ ਰੋਲ ਆਊਟ ਬਠਿੰਡੇ ਡਿਸਟ੍ਰਿਕਟ 'ਚ ਹੋਏਗਾ ਔਰ ਇਹ ਜਿਹੜਾ ਪਹਿਲਾ ਬੈਚ ਆਇਆ ਟੀਕਿਆਂ ਦਾ ਇਹ ਐਬਸੋਲੂਟਲੀ ਫਰੀ ਆਇਆ ਔਰ ਇਹਨਾਂ ਦੀ ਜਿਹੜੀ ਕੀਮਤ ਰੱਖੀ ਗਈ ਹੈ ਉਹ ਤਕਰੀਬਨ 200 ਰੁਪਇਆ ਇੱਕ ਡੋਜ਼ ਦਾ ਔਰ ਸਾਨੂੰ ਦੱਸਿਆ ਗਿਆ ਕਿ ਇਹ ਅਗਲੇ 3-4 ਮਹੀਨਿਆਂ ਬਾਅਦ ਇਹ ਆਫ ਦਾ ਕਾਊਂਟਰ ਜਿਹੜੀ ਹੈ ਕੈਮਿਸਟ ਇਹ ਵੈਕਸੀਨ ਅਵੇਲੇਬਲ ਹੋ ਜੂਗੀ ਇਹਦੀ ਕੀਮਤ 1000 ਰੁਪਇਆ ਡੋਜ਼ ਹੋਏਗੀ ਔਰ ਸਾਡੀ ਇਹ ਕੋਸ਼ਿਸ਼ ਹੋਏਗੀ ਸਟੇਟ ਗਵਰਨਮੈਂਟ ਦੀ ਕਿ ਬੜੀ ਬਾਕਾਇਦਗੀ ਨਾਲ ਔਰ ਜਿੰਨੀ ਜਲਦੀ ਹੋ ਸਕੇ ਅੱਜ ਆਪਣੇ ਦੇਖਿਆ ਹੋਗਾ ਕਿ ਸੁਬਹ ਹਮਾਰੇ ਮਾਨਨੀ ਪ੍ਰਧਾਨ ਮੰਤਰੀ ਜੀ ਨੇ ਇਸ ਵੈਕਸੀਨੇਸ਼ਨ ਪ੍ਰੋਗਰਾਮ ਕੀ ਸ਼ੁਰੂਆਤ ਕੀ ਹੈ ਉਸਕੇ ਬਾਅਦ ਏਮਸ ਦਿੱਲੀ ਮੇਂ ਹਮਾਰੇ ਸਵਾਸਥ ਮੰਤਰੀ ਡਾਕਟਰ ਹਰਸ਼ਵਰਧਨ ਕੀ ਮੌਜੂਦਗੀ ਮੇਂ ਏਮਸ ਕੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਵੈਕਸੀਨੇਸ਼ਨ ਲਗਵਾਇਆ ਉਸਕੇ ਬਾਅਦ ਨੀਤੀ ਆਯੋਗ ਮੇਂ ਜੋ ਡਾਕਟਰ VK ਪਾਲ ਹੈ ਉਹਨਾਂ ਨੇ ਲਗਵਾਇਆ ਇਸ ਤਰ੍ਹਾਂ ਹਮ ਲੋਕੋ ਨੇ ਸਭੀ ਜਗ੍ਹਾ ਪਲਾਨ ਕੀਆ ਥਾ ਕਿ ਪਬਲਿਕ ਕੋ ਇੱਕ ਮੈਸੇਜ ਦੇਣ ਕੇ ਲਈ ਕਿਉਂਕਿ ਬਹੁਤ ਸਾਰੀ ਅਫਵਾਹ ਫੈਲਾਈ ਜਾ ਰਹੀ ਥੀ ਉਸ ਅਫਵਾਹੋਂ ਮੇਂ ਨਾ ਜਾਏ ਹਮ ਲੋਕੋ ਨੇ ਖੁਦ ਆਪਣੇ ਵਾਲੰਟੀਅਰ ਕੀਆ ਹੈ ਔਰ ਪਹਿਲੀ ਵਾਰ ਵੈਕਸੀਨ ਲਗਾਇਆ ਹੈ ਆਪਕੋ ਮਾਲੂਮ ਹੈ ਕਿ ਪਹਿਲੇ ਚਰਨ ਮੇਂ ਹੈਲਥ ਵਰਕਰਸ ਕੋ ਦਿਆ ਜਾ ਰਹਾ ਹੈ ਉਸ ਚਰਨ ਪੂਰਾ ਹੋਣੇ ਕੇ ਬਾਅਦ ਜੋ ਭਾਰਤ ਸਰਕਾਰ ਕੀ ਗਾਈਡਲਾਈਨ ਆਏਗੀ ਉਸ ਹਿਸਾਬ ਸੇ ਵੈਕਸੀਨ ਦਿਆ ਜਾਏਗਾ।